ਪ੍ਰੋਬਲਮ ਮੈਂ ਹੀ ਆ ਜੇ ਸਰਕਾਰਾਂ ਚਾਹੁਣ ਕਿ ਆਪਣੇ ਗਰੀਬਾਂ ਦਾ ਭਲਾ ਵੀ ਕਰ ਸਕਦੀ ਹੈ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਭਾਈ। ਦੇਖੋ ਜੀ, ਹੁਣ ਕਹਿੰਦੇ ਆ ਕਿ ਪੰਜਾਬੀ ਵੀਰ ਭਰਾ ਕੰਮ ਨਹੀਂ ਕਰਦੇ ਪੰਜਾਬੀ। ਹਾਂਜੀ, ਜੇ ਕੰਮ ਕਰਦੇ ਹੀ ਆ ਤੇ ਕੀ ਕਹਿੰਦੇ ਆਪਣੇ ਲੋਕ ਹੀ ਨਹੀਂ ਟਿਕਣ ਦਿੰਦੇ। ਜੇ ਹੁਣ ਦੇਖੋ, ਹੁਣ ਜੇ ਆਪਾਂ ਕੰਮ ਕਰਨਾ ਸ਼ੁਰੂ ਕਰ ਵੀ ਦਿੱਤਾ, ਠੀਕ ਜੀ, ਕੰਮ ਕਰਨ ਨੀ ਦਿੰਦੇ ਆ ਮਾਰਕੀਟ ਵਾਲੇ, ਰੈਸਟੋਰੈਂਟ ਵਾਲੇ, ਤੇ ਇਹਨਾਂ ਰੇਹੜੀਆਂ ਦੇ ਕਰਕੇ ਆਪਣਾ ਕੰਮ ਘਟਦਾ। ਹਾਂਜੀ, ਤੇ ਮੈਂ ਇਹੀ ਗੱਲ ਕਹਿਣਾ ਚਾਹੁੰਦੇ ਆ, ਕਹਿਣਾ ਚਾਹੁੰਦਾ ਸਾਰੇ ਵੀਰ ਭਰਾ ਨੂੰ ਕਿ ਜਿਹੜੇ ਆ ਰੇਹੜੀਆਂ 'ਚ ਆਉਂਦੇ ਆ ਤੇ ਕੁਝ ਵੀ ਮਤਲਬ ਮਾੜਾ ਕਰਦੇ ਆ ਰੇਹੜੀਆਂ ਵਾਲਿਆਂ ਨਾਲ, ਤੇ ਆਪਾਂ ਫਿਰ ਕਿੱਥੇ ਜਾਈਏ? ਹੁਣ ਜੇ ਆਪਣੇ ਕੋਲ ਪੈਸੇ ਹੁੰਦੇ ਤੇ ਆਪਾਂ ਫਿਰ ਬਾਹਰ ਵੀ ਚਲ ਜਾਈਏ, ਕੈਨੇਡਾ, ਅਮਰੀਕਾ, ਕੋਈ ਸਾਰੇ ਵੀਰ ਭਰਾ ਜਾ ਨਹੀਂ ਦੇ ਅੱਜ ਟਰਮ ਦੇ ਜਿੰਨੇ ਵੀ ਵੀਰ ਭਰਾ ਆਪਣੇ, ਠੀਕ ਜੀ। ਮੇਰੀ ਬੇਨਤੀ ਆਹੀ ਆ ਕਿ ਆਪਣੇ ਹੁਣ ਜੇ ਆਪਾਂ ਰੇਹੜੀ ਲਾਉਣ ਹੀ ਦੇ ਆ, ਆਪਾਂ ਨੂੰ ਕਈ ਤਰੀਕੇ ਨਾਲ ਕੰਮ ਕਰਨ ਦਿਓ। ਵੀਰ ਜੀ ਕਹਿੰਦੇ ਕਈ ਵੀਰ ਭਰਾ ਕਦੀ ਉੱਥੇ ਲਾ ਲਾ, ਕਦੀ ਇੱਥੇ ਲਾ ਲਾ, ਕਦੀ ਉੱਥੇ ਲਾ ਬਣਾਉਂਦੇ ਆ, ਜਿਹੜਾ ਲਾਉਂਦੇ ਹੀ ਆ ਫਿਰ ਫਟਾ ਦਿੰਦੇ ਆ, ਆਪਾਂ ਤਾਂ ਭਾਈ ਦੁਖੀ ਹੋ ਜਾਂਦੇ ਆ। ਭਾਈ ਇਹ ਕਹਿਣ ਦਾ ਮਤਲਬ ਤੁਹਾਨੂੰ ਟਿਕ ਕੇ ਕੰਮ ਨਹੀਂ ਇੱਕ ਜਗ੍ਹਾ ਤੇ ਕਰਨ ਦਿੱਤਾ ਜਾ ਰਿਹਾ, ਕੰਮ ਕਰਨ ਹੀ ਨਹੀਂ ਦੇ ਰਿਹਾ ਲੋਕ। ਮੈਂ ਇਹੀ ਗੱਲ ਕਹਿਣਾ ਚਾਹੁੰਦਾ ਜੇ ਆਪਣੇ ਪੰਜਾਬੀ ਵੀਰ ਭਰਾ ਜੇ ਸਪੋਰਟ ਦੇਣ, ਇਹ ਵੀ ਟਿਕ ਕੇ ਕੰਮ ਕਰ ਲਈਏ। ਹੁਣ ਆਪਾਂ ਟਿਕ ਕੇ ਕੰਮ ਕਰਾਂਗੇ ਤਾਂ ਤਾਈ ਨਾ ਉੱਚਾ ਕਰਾਂਗੇ ਪੰਜਾਬ ਦਾ। ਤਾਂ ਵੇਖੋ ਆਪਣੇ ਪੰਜਾਬੀ ਵੀਰ ਭਰਾ ਨਸ਼ਿਆਂ 'ਚ ਡੁੱਬੇ ਆ, ਜੇ ਕੰਮ ਕਰਨਾ ਚਾਹੁੰਦੇ ਹੀ ਆ ਤਾਂ ਫਿਰ ਕੰਮ ਕਰਨ ਨਹੀਂ ਦਿੰਦੇ ਆਪਣੇ ਲੋਕ। ਇੱਧਰ ਲਾ ਜੀ, ਕਦੀ ਉੱਧਰ ਲਾ, ਉੱਧਰ ਨੀ ਲਾਉਣਾ, ਇੱਧਰ ਲਾ, ਮੇਰੀ ਇੰਨੀ ਪਹੁੰਚ ਆ, ਉੱਧਰ ਚਾਹੀ ਗੱਲ ਕਰ ਦਿੰਦੇ ਆ ਫਿਰ। ਅਜੇ ਅਸੀਂ ਗਰੀਬ ਬੰਦੇ ਹੈਗੇ ਆ, ਅਸੀਂ ਤਾਂ ਗਰੀਬ ਬੰਦੇ ਹੈਗੇ ਆ, ਗਰੀਬ ਬੰਦੇ ਨੂੰ ਜਿੱਥੇ ਮਰਜ਼ੀ ਚੁੱਕ ਕੇ ਸੁੱਟ ਦਿੰਦਾ ਕੋਈ ਦਿੰਦੇ ਆ, ਇਹ ਤਾਂ ਗਰੀਬਾਂ ਦੇ ਤੇ ਫਿਰ ਮਰਜ਼ੀ ਸੁੱਟ ਦਿੰਦੇ ਆ ਪਹੁੰਚ ਵਾਲੇ। ਮੈਂ ਤਾਂ ਇੱਕੋ ਬੇਨਤੀ ਕਰਨਾ ਚਾਹੁੰਦਾ, ਆਪਣੇ ਮਤਲਬ ਕਿ ਪੰਜਾਬੀ ਵੀਰ ਭਰਾਵਾਂ ਦੇ ਰੇੜੀਆਂ ਲੱਗਣ ਦਿਓ, ਕੰਮ ਕਰ ਲੈਣ ਦਿਓ। ਸਾਡੇ ਕੋਲ ਭਾਜੀ ਮਲਾਈ, ਰੋਸਟਡ ਮਸਾਲਾ, ਚਾਰੀ ਅਫਗਾਨੀ, ਹਰਿਆਲੀ ਚਾਂਪ, ਚਾਂਪਾ ਤੋਂ ਇਲਾਵਾ ਸਾਡੇ ਕੋਲ ਮਸ਼ਰੂਮ ਟਿੱਕਾ, ਪਨੀਰ ਟਿੱਕਾ। ਐਕਚੁਅਲੀ ਹੁਣ ਮਸ਼ਰੂਮ ਖਤਮ ਹੋ ਗਿਆ, ਹੁਣ ਪਨੀਰ ਟਿੱਕਾ ਅਵੇਲੇਬਲ ਹੈ। ਜੇ ਆਪਾਂ ਇਹਦੇ ਨਾਲ ਕੋਂਬੀਨੇਸ਼ਨ ਹੈਗਾ ਰੁਮਾਲੀ ਰੋਟੀ ਤੇ ਕੁਲਚੇ ਦਾ। ਫਿਰ ਚਾਂਪਾ ਤੋਂ ਇਲਾਵਾ ਇੱਕ ਹੋਰ ਆਪਣੇ ਕੋਲ ਸਟਾਲ ਆ, ਹਾਂਜੀ, ਮੋਮੋਜ਼, ਸਟੀਮ ਮੋਮੋ, ਕ੍ਰਿਸਪੀ ਮੋਮੋ, ਵੈਜ ਮੋਮੋ, ਸਵੀਟ ਕੋਨ ਸਾਡੇ ਕੋਲ ਅਵੇਲੇਬਲ ਆ। ਜੇ ਤੁਸੀਂ ਅੱਜ ਭਾਈ ਸਾਨੂੰ ਭਾਜੀ ਕੀ ਖਵਾਓਗੇ? ਤੁਹਾਨੂੰ ਅਸੀਂ ਰੋਸਟਡ ਮਸਾਲਾ ਚਾਰੀ ਚਾਂਪ ਖਵਾਵਾਂਗੇ ਜੀ ਭਾਜੀ, ਜੋ ਸਾਡੀ ਬੈਸਟ ਕੁਆਲਿਟੀ ਆ। ਇਹ ਮਤਲਬ ਕੋਂਬੀਨੇਸ਼ਨ ਦਾ ਮਤਲਬ ਟੇਸਟ ਦਾ ਟੱਕਰ ਆ। ਇਹ ਜੀ ਰੋਸਟਡ ਮਸਾਲਾ ਜੀ, ਇਹ ਜੀ ਮਲਾਈ, ਆ ਕਹਿੰਦਾ ਜ਼ਬਰਦਸਤ ਕੁਆਲਿਟੀ, ਜ਼ਬਰਦਸਤ ਟੇਸਟ। ਵਾਹ ਜੀ ਵਾਹ। ਵੀਰ ਜੀ ਇਹਦੇ ਚ ਕੀ ਕੀ ਆਊਗਾ? ਪਹਿਲਾਂ ਅਸੀਂ ਚਾਟ ਮਸਾਲਾ ਪਾਇਆ, ਹਾਂਜੀ, ਫਿਰ ਆਪਾਂ ਪਾਈ ਗਰਲ ਜੀ ਰੋਸਟ, ਤੇ ਮਲਾਈ ਚਾਂਪ ਹੁੰਦੀ ਹੈ ਸੌਫਟਲੀ, ਚਾਟ ਮਸਾਲਾ ਪਾਇਆ। ਹੁਣ ਅਸੀਂ ਇਹਨੂੰ ਦੁਬਾਰਾ ਤੋਂ ਆਪਾਂ ਗਰਮ ਕਰਾਂਗੇ ਚਾਂਬਰ ਤੋਂ। ਇਹ ਮੱਖਣ ਨਾਲ ਹੁਣ ਪੈ ਗਿਆ ਇਹਦੇ ਵਿੱਚ, ਹੁਣ ਇਹ ਗਰਮ ਹੋਵੇਗੀ। ਤੇ ਬਟਰ ਕਿਹੜਾ ਹੁੰਦਾ ਭਾਜੀ ਸਾਡੇ ਕੋਲ? ਸਰ ਆਪਾਂ ਝੂਠ ਨਹੀਂ ਬੋਲ ਰਹੇ, ਆਪਾਂ ਸਾਰਾ ਸੱਚ ਬੋਲੀ ਦਾ ਕਿ ਬਟਰ ਆਪਾਂ ਡਿਲੀਸ਼ੀਅਸ ਹੀ ਯੂਜ਼ ਕਰਦੇ, ਕਰੀਮ ਆਪਾਂ ਫਲੈਕਸੀ, ਕਿਉਂਕਿ ਇਹੀ ਚੀਜ਼ ਬੈਸਟ ਰਹਿਣੀ ਆ ਕਿ ਆਪਾਂ ਮਸਾਲੇ ਜਿਹੜੇ ਆਪਾਂ ਇਹਦੇ ਵਿੱਚ ਪਾਈਦੇ ਆ, ਕਸਟਮਰ ਨੂੰ ਕੀ ਮਿਲੇਗਾ, ਵਧੀਆ ਚੀਜ਼ ਮਿਲੇ, ਡਾਈਜੈਸਟ ਹੋ ਜੇ। ਆਪਾਂ ਹਰ ਇੱਕ ਚੀਜ਼ ਅਵੇਲੇਬਲ ਕਰਕੇ ਕਰੀ ਜੀ ਕਸਟਮਰ, ਚਾਂਪ ਵੀ ਮਿਲੇਗੀ ਤੁਹਾਨੂੰ, ਬੈਸਟ ਕੁਆਲਿਟੀ ਦੇ ਮੋਮੋਸ ਵੀ ਮਿਲਣਗੇ ਕ੍ਰਿਸਪੀ ਭਾਜੀ। ਮਲਾਈ ਚਾਂਪ ਜੇ, ਹਾਂਜੀ, ਰੋਸਟਡ ਮਸਾਲਾ ਜੀ, ਰੋਸਟਡ ਮਸਾਲਾ ਜੀ। ਉੱਪਰ ਕਿਹੜੀ ਕਰੀਮ ਆ ਗਈ ਹੈ? ਇਹ ਹੈਗੀ ਭਾਈ ਫਲੈਕਸੀ, ਫਲੈਕਸੀ। ਅੱਛਾ ਜੀ, ਫਲੈਕਸੀ ਬੈਸਟ ਰਹਿੰਦੀ ਸਰ। ਅੱਛਾ, ਕਈ ਤਾਂ ਕਹਿੰਦੇ ਅਮੂਲ, ਅਮੂਲ ਕਰੀਮ, ਅਮੂਲ ਦਾ ਹੁਣ ਮੈਂ ਤੁਹਾਨੂੰ ਇਹ ਦੱਸਦਾ ਕਿ ਅਮੂਲ ਫਲੈਸ਼ ਕਰੀਮ ਸਿਰਫ ਇੱਕ ਦਿਨ ਯੂਜ਼ ਹੁੰਦੀ ਆ, ਅੱਛਾ ਅੱਛਾ, ਅਗਲੇ ਦਿਨ ਖਰਾਬ ਹੋ ਜਾਂਦੀ। ਮੈਂ ਇਹੀ ਗੱਲ ਕਹਿਣਾ ਚਾਹੁੰਦਾ ਜੀ ਸਾਰੇ ਵੀਰ ਭਰਾ ਪੰਜਾਬੀਆਂ ਨੂੰ, ਜੇ ਆਪਣੀ ਤੁਸੀਂ ਚਾਂਪ ਖਾਣਾ ਚਾਹੁੰਦੇ ਆ ਜੀ ਟੀਮ, ਤੇ ਭਾਜੀ ਚਾਂਪ ਦਾ ਪ੍ਰਾਈਸ ਕਿੰਨਾ? ਚਾਂਪ ਦਾ ਪ੍ਰਾਈਸ ਬਈ ਮੇਰਾ ਫੁੱਲ 100 ਹਾਫ 50 ਰੁਪਏ। ਅੱਛਾ, ਇਹ ਕਿੰਨੇ ਦੀ ਹੈ ਜੀ ਭਾਜੀ? ਇਹ ਭਾਈ ਹਾਫ ਪਲੇਟ ਆ, ਹਾਫ ਪਲੇਟ। ਹਾਂਜੀ, ਇਹ ਕੀ ਆਪਣੀ ਭਾਈ ਮਿੰਟ ਸੌਸ। ਅੱਛਾ, ਇੱਕ ਬਾਉਲ ਤਾਂ ਖਤਮ ਹੋ ਗਿਆ ਤੇ ਹੁਣ ਦੂਜਾ ਬਾਉਲ ਆਪਾਂ ਸ਼ੁਰੂ ਕੀਤਾ ਜੀ। ਵਾਹ ਜੀ ਵਾਹ। ਇਹ ਦਹੀਂ ਦੀ ਸੌਸ ਆ, ਦਹੀਂ ਦੇ ਵਿੱਚ ਪੁਦੀਨਾ, ਧਨੀਆ, ਸਾਰੇ ਚੀਜ਼ ਬੈਸਟ ਪਾ ਕੇ ਰੱਖੀ ਦੀ ਹੈ ਕਿ ਆਪਣੇ ਕੋਈ ਮਿਲਾਵਟ ਨਹੀਂ, ਪਾਣੀ ਵੀ ਨਹੀਂ ਟੱਚ ਹੈਗਾ। ਕਈ ਤੇ ਪਤਲੀ ਚਟਨੀ ਦੇ ਦਿੰਦੇ, ਕੋਈ ਸੰਘਣੀ ਚਟਨੀ ਹੁੰਦੀ ਹੈ। ਕਿਸੇ ਨੇ ਖਾਣਾ ਆਣਾ ਹੋਵੇ ਤੇ ਵਿਜ਼ਿਟ ਕਰਿਓ, ਜੇ ਕਿਸੇ ਨੇ ਆ ਮਤਲਬ ਕਿ ਸਾਡੇ ਚਾਂਪ ਬੈਸਟ ਕੁਆਲਿਟੀ ਦੀ ਚਾਂਪ ਮੋਮੋਸ ਖਾਣਾ ਹੋਵੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਕਬੀਰ ਪਾਰਕ ਦੇ ਓਪੋਜ਼ਿਟ ਅਸੀਂ ਰੇਡੀ ਲਾਉਂਦੇ ਹਾਂ, ਜਿਹਦਾ ਨਾਮ ਹੈਗਾ ਦੇਸੀ ਤੜਕਾ ਫੂਡ ਪੁਆਇੰਟ ਵੈਜ ਸੋਇਆ ਚਾਂਪ। ਸਰ ਮੇਰੇ ਬੀਬੀ ਦੇਖੋ ਛੋਟੇ ਹੈ, ਉਹ ਦੇਖੋ ਉਹ ਰੋ ਰਹੇ ਹਨ, ਉਨਕੋ ਵੀ ਮੈਨੇਜ ਕਰਨਾ ਪੜਤਾ ਹੈ ਘਰ ਪੇ, ਉਹ ਦੇਖੋ ਉਹ ਰੋ ਰਹੇ ਹਨ ਲਗਾਤਾਰ। ਇਸ ਪੇ ਵੀ ਮੇਰੇ ਕਮੈਂਟ ਆਏਂਗੇ, ਸੀਮਾ ਹੋ, ਪੈਸੇ ਪਿੱਛੇ ਜਾ ਰਹੀ ਹੋ, ਯਹਾਂ ਪੇ ਖੜੋ ਕੇ ਕੰਮ ਕਰੀ, ਆਪਣੇ ਬੱਚੇ ਕੋ ਨਹੀਂ ਦੇਖ ਰਹੀ ਹੋ, ਭਾਈ ਬੱਚੋ ਕੇ ਲਈ ਕਰ ਰਹੀ ਹੂੰ ਮੈਂ, ਕੋਈ ਮੇਰੇ ਕੋ ਪਾਗਲ ਨਹੀਂ ਹੂੰ, ਮੈਂ ਯਹਾਂ ਪੇ ਖੜੀ ਹੂੰਗੀ, ਆਪੇ ਏਕ ਮਿਨਟ ਖੜੇ ਹੋਕੇ ਦੇਖੋ ਪਤਾ ਲੱਗ ਜਾਤਾ ਬੰਦੇ ਕੀ ਬੈਂਡ ਬੱਜਾ। ਲੋਕ ਮੇਰੇ ਕੋ ਕਮੈਂਟ ਕਰ ਰਹੇ ਹੈ ਕਿ ਆਪ ਬਿਗ ਬੌਸ ਗਰਲ ਹੋ, ਆਪ ਵੜਾ ਪਾਓ ਕੀ ਛੋਟੀ ਭੈਣ ਹੋ। ਹਾਂ ਭਾਈ ਮੈਂ ਹੂੰ, ਮੈਂ ਮੌਕਾ ਦੇ ਬਿਗ ਬੌਸ ਵਾਲੇ ਹਮੇ ਵੀ ਦੇਖੇ ਆ ਕੇ। ਦਿੱਲੀ ਮੇ ਵੜਾ ਪਾਓ ਜੋ ਗਰਲ ਹੈ ਵੋ ਤੋ ਬਿਗ ਬੌਸ ਮੇ ਚਲੀ ਗਈ। ਦੀਦੀ ਵੀ ਜਾਏਂਗੇ? ਮੇਰੇ ਕੋ ਸੱਚੀ ਜਾਣਾ ਹੈ। ਤੇ ਆ ਗਈ ਨਿਊ ਵਾਈਲਡ ਕੰਟੈਸਟੈਂਟ ਬਿਗ ਬੌਸ ਕੀ, ਆ ਗਈ ਮੈਂ, ਆ ਜਾਓ ਚਲੋ ਲੈ ਕੇ ਚਲੋ, ਸਾਥ ਮੇ ਜਾਏਂਗੇ। ਦੀਦੀ ਆਪਨੇ ਸਟੱਡੀ ਵੀ ਕੀ ਹੋ, ਲੇਕਿਨ ਸਟੱਡੀ ਕਰਕੇ ਵੀ ਯਹੀ ਕੰਮ ਕਰ ਰਹੇ ਹੋ, ਤੋ ਉਸਨੇ ਕਿਹੜੀ ਸ਼ਰਮ ਹੈ? ਲੋਕ ਤਾਂ ਬੋਲਤੇ ਹੈ ਵੀ ਲੋਕੋ ਕਾ ਤੋ ਕਾਮ ਹੈ ਬੋਲਣਾ, ਲੋਕ ਤਾਂ ਯੇ ਵੀ ਕਹੇਂਗੇ ਮੈਂ ਹੋਟਲ ਮੈਨੇਜਮੈਂਟ ਕਰਕੇ ਵਹਾਂ ਪੇ, ਲੋਕ ਤਾਂ ਪਤਾ ਯੇ ਵੀ ਕਹੇਂਗੇ ਆਪ ਹੋਟਲ ਮੈਨੇਜਮੈਂਟ ਕੀ ਆਪ ਵਹਾਂ ਪੇ ਝਾੜੂ ਹੀ ਮਾਰ ਰਹੇ ਹੋ।
क्योंकि इस लाइन में भी बड़ी कोर्सेज होते हैं। ठीक है, फ्रंट ऑफिस होता है, किचन साइड होती है, क्या कहते हैं, वॉशिंग एरिया अलग होता है, सारे एरियाज अलग होते हैं, शेफ भी वहाँ पे कितने टाइप के होते हैं, आपको पता है इस चीज का? बात करने लोगों का तो बात है, लोगों की बात है, कमेंट करने में लोग बोलते ही बोलते हैं, ठीक है ना, लोग तो ये भी बोल रहे हैं भी आप बिग बॉस में भी जाओ। पर मैं जाना चाहती हूँ, लोग कह रहे हैं तो मैं जाके भी दिखाती हूँ, जब मैं यहाँ बोल सकती हूँ तो वहाँ नहीं मैं बोल सकती। ये तो बात है ना, लोगों का काम है दीदी कमेंट करना बोलना। मैं कहती हूँ मेरे को भेज के देखो ना उनको, अगर इतना अच्छा लगता है मैं जाऊँ, लोग मेरे को कमेंट कर रहे हैं कि आप बिग बॉस गर्ल हो, आप वड़ा पाव की छोटी बहन हो। हाँ भाई मैं हूँ। आपने कार्ड इसलिए तो नहीं लगाई बिग बॉस में जाने के लिए? नहीं नहीं सर, ऐसा कुछ भी नहीं है, लोगों ने मेरे को इतना फेम दिया तो कोई नहीं, मैं भी जाके देखना चाहती हूँ। तो कहते हैं आ गई न्यू वाइल्ड कंटेस्टेंट बिग बॉस की, आ गई मैं, आ जाओ चलो लेके चलो, तो क्या जाएंगे, तो क्या पता आप चले जाएं, क्या पता, मैं चाहती हूँ मैं चली जाऊँ, कोई नहीं। अच्छा, कॉन्टेक्ट करेंगे बिग बॉस वाले, तो होटल मैनेजमेंट का कोर्स करके आपको तो अच्छी खासी तनख्वाह मिल सकती थी, तो आपने कार्ड लगाने का कैसे सोचा? सर मेरे बीबी देखो छोटे हैं, वो देखो वो रो रहे हैं, उनको भी मैनेज करना पड़ता है घर पे, वो देखो वो रो रहे हैं लगातार, इस पे भी मुझे कमेंट आएंगे, सीमा हो पैसे पीछे जा रही हो, यहाँ पे खड़ो के काम करी, अपने बच्चे को नहीं देख रही हो, भाई बच्चों के लिए कर रही हूँ मैं, कोई मेरे को पागल नहीं हूँ मैं यहाँ पे खड़ी हूँ, यहाँ पे एक मिनट खड़े होकर देखो पता लग जाता है बंदे की बैंड बज जाता है। मैं यहाँ पे कितना स्ट्रगल कर रही हूँ सेम अपनी लाइफ में, मेरे को पता है, क्योंकि मैं घर पे सुबह अपना घर भी देखना होता है, हाँ। बच्चे भी देखने होते हैं, फिर मेरे को सारा कुछ मैनेज करना पड़ता है, फिर यहाँ पे आके मैनेज करना पड़ता है, वो देखो मेरा बच्चा अकेला बैठा और रो रहा है, देखो बेचारा ऐसे ही खेल रहा है अकेले बैठ करके, मुझे सारा कुछ मैनेज करना पड़ता है, उसको भी मैनेज करना पड़ता है, वो भी बीमार होता है, मेरा भी 1 वीक भी कम्प्लीट नहीं हुआ, मेरा बड़ा बेटा, इससे भी बड़ा मेरा एक बेटा है, वो बीमार हो गया था, उसको फीवर बड़ा हो गया था, उसको भी मैनेज, उस टाइम हमारे को इतना मुश्किल हो गया, डिफिकल्ट हो गया, क्योंकि हमारे को इसलिए डिफिकल्ट हो गया, वो रो बहुत रहा था, चिड़चिड़ा हो गया था फीवर करके। तो आपके पास कस्टमर नहीं आ रहे? नहीं आ रहे सर, नहीं आ रहे, लोगों को खाने की आदत हो गई है, वो ये नहीं देखते क्वालिटी कैसी हम दे रहे हैं, वो देखते हैं कि क्वांटिटी कहीं पे वो दे रहे हैं, जो भी है एक्स वाई जेड मेरे को नहीं पता कौन है, जो भी गन दे रहे हैं ये वाले, इतनी क्वांटिटी देते हैं, और लोग कहते हैं ओ वाओ इतने रुपए में इतनी क्वांटिटी मिल रही है, हमें आई भी है, रियलिटी में हमें गाए हैं। एक दिन एक कस्टमर आया, हमें कहता कि क्या कहते हैं तुम्हारा ड्रैगन रोल कितने का, मंगा हमारा 20 का है, ओहो वहाँ तो 15 का मिल रहा है, या वहाँ तो 10 का मिल रहा है, यहाँ तो ऐसा लग रहा है ऐसा मिल रहा है, भैया आप हमारी क्वालिटी भी तो देखो, हम पनीर सबको डाल के दे रहे हैं आपको। अच्छा, तो कस्टमर को क्या कहना चाहेंगे? सब क्वालिटी पे विश्वास करो, कल को नहीं तो आप बेकार खाओगे तो आपकी अपनी तबीयत खराब होगी, हमारे को कुछ भी नहीं है, हमारा क्या है, आपके पास क्या क्या होता है? हमारे पास बड़ी वैरायटीज होती है, ड्रैगन रोल है, चाम के 2 फ्लेवर आए हैं फिर से, तंदूरी चाप और एक अचारी चाप, बर्गर भी है हमारे पास, बर्गर के 3 वैरायटी है हमारे पास, एक 20 वाला बर्गर है, पनीर बर्गर, चीज बर्गर है 40 वाला, और पूरे न्यू लॉन्च है वो भी 40 रुपीज का है हमारे। अच्छा जी, इतने कम प्राइस में तो फिर भी कस्टमर नहीं आ रहा, और खास हमारे पास पिज्जा भी मिलेगा आपको, सैंडविच भी मिलेगा, सैंडविच मिलेगा, तो पिज्जे का क्या प्राइस है? सर पिज्जा हमारा 180 वाला है, 100 वाला है हमारे पास। आपका एड्रेस क्या है? श्री शीर्षा श्री रोड हंडवाला नियर पिशोरी मंदिर जी, बिल्कुल पिशोरी मंदिर के आप सीधा हो गए, आपको वहाँ पे हमारी कार्ट A1 फास्ट फूड के नाम से मिल जाएगी, हमारा बोर्ड लगा हुआ है सर 7696844205। थैंक यू सो मच। सपना का सी लेकिन हुन नहीं, लोकी पीछे पै जांदे ने, ज्यादा मेहनत भी माड़ी है, हुन ब्याह करा लिया, हुन टाइम ना घर चल जी, हुन टाइम सिर घर, बड़ी ब्रांचें खोल ली अमृतसर में, दरबार साहब के पास ढा अफ्रीका पे और आज तीसरी ब्रांच पे। एक्चुअली गोल्डन टेंपल वाली ब्रांच बंद हो चुकी है, सब तो पहला काउंटर वही सी जी, हाँ उन्होंने बचाने की बड़ी कोशिश की है लेकिन बंद हो गया किसी तरीके, चलो हो गया, तो बाद जरा कि नहीं ढाब च काउंटर खोलिया ही अहूजा लस्सी के बिल्कुल सामने, हाँ वो चलता पे। अच्छा। मुंडे करते पे अपना, कमाई जा रहे खाई जा रहे, भी तुसी करो मैनू कोई लेना देना नहीं उधरों। अच्छा उन्होंने देता हूं अड्डा ला के सेट करके देता हूं, कोई कमाओ ते खाओ, हुन मैं इधर का मैं इधर का ही हार पार संभाल सकदा हां, तोड़ा पैसे कमांदा जी नहीं करदा पैसे, सर जी हाथा दी मैल लगी जे, डर्टी हैंड दा साइन ऑफ वाइट मनी। अच्छा डर्टी हैंड दा साइन ऑफ वाइट मनी। अच्छा ते हुन मैं तुहाडे वास्ते बना लगा मलाई स्प्रिंग रोल रोस्टड, जेडे शहर दे विच सब तो पहले साइन वालों स्टार्ट होए सीगे तड़के वाले कोलियां दे उत्ते। अच्छा। सब तो वड्डी गल तांबे दे भांडे, तांबे दे भांडे दे उत्ते साईं पहली वारी जेड़ा के नहीं तांबे दा भांडा जेड़ा शहर च लैके आने वाला बनाने वाला तांबे दे भांडे च ओ साईं दा ही काउंटर है। अरे दोनों तांबे दे भांडे आड़े? बिल्कुल जी दोवें तांबे दे भांडे जे, एक दे विच मलाई दी आइटम एक दे विच मसाले दीयां लैम। अरे तांबे दे भांडे दा की फायदा जे इहदे विच बणाउंदा? तांबे दे भांडे दा फायदा बुजुर्गां नूं पता जे, सियाणियां नूं पता जे, पुराने टाइम दे विच तांबे दे भांडे चलदे स्टील सिल्वर ते हुण आए। अच्छा मतलब तुसीं सारा जिहड़ा तड़का तुड़का वगैरा लाउंदे इहदे विच? मेरी शुरू तों इच्छा हैगी कि वी तांबे दे भांडे च बणाईए, लेकिन उदों मैनूं समझ नहीं लगदी, जदों भांडे बाजार च घुम्मणा शुरू कीता ते उत्थे मैनूं जदों तांबे दा भांडा मिल गया मैं लैम। मतलब जिहड़ा तांबे दा भांडा ही वरतदे जी? हां
ਸ਼ਹਿਰ ਦੇ ਵਿੱਚ ਪਹਿਲਾ ਕਾਊਂਟਰ ਹੈਗਾ ਜੇ ਸਾਈ ਫਾਸਟ ਫੂਡ ਜਿਹੜਾ ਤਾਂਬੇ ਦੇ ਵਿੱਚ ਤੁਹਾਨੂੰ ਸਮਾਨ ਬਣਾ ਕੇ ਦੇ ਰਿਹਾ ਅਦਰਵਾਈਜ਼ ਫਾਸਟ ਫੂਡ ਵਾਲਾ ਕੋਈ ਵੀ ਤੁਹਾਨੂੰ ਤਾਂਬੇ 'ਚ ਨਹੀਂ ਬਣਾ ਕੇ ਦੇਗਾ ਭਾਜੀ ਤੁਹਾਡਾ ਤਾਂ ਨਾਮ ਬੜਾ ਸਾਈ ਦਾ ਤੇ ਤੁਹਾਨੂੰ ਬਣਾ ਕੇ ਕੁਝ ਵਿਖਾਓਗੇ ਫੇਰ ਹੀ ਵੇਖਾਂਗੇ ਤੁਹਾਨੂੰ ਮਲਾਈ ਸਪ੍ਰਿੰਗ ਰੋਸਟਡ ਜਿਹੜੇ ਸ਼ਹਿਰ ਦੇ ਵਿੱਚ ਕੋਈ ਨਹੀਂ ਬਣਾਉਂਦਾ ਸਾਈ ਤੋਂ ਇਲਾਵਾ ਤਾਂਬੇ ਦੇ ਭਾਂਡੇ 'ਚ ਆਪਾਂ ਸਵਾਦ ਵੇਖਣਾ ਤੇ ਫੇਰ ਲੋਕਾਂ ਨੂੰ ਦੱਸਣਾ ਵੀ ਸਵਾਦ ਹੈ ਕਿ ਨਹੀਂ ਜੇ ਟੇਸਟ ਨਾ ਲੱਗਾ ਤੇ ਪੈਸੇ ਵਾਪਸ ਫੁੱਲ ਗਾਰੰਟੀ ਨਾਲ ਤੇ ਭਾਜੀ ਇਹ ਕਰ ਲੱਗੇ ਜੋਨੇ ਇਹ ਰੋਸਟ ਸਪ੍ਰਿੰਗ ਰੋਲ ਅੱਛਾ ਫਰਾਈ ਹੁੰਦੇ ਭਾਜੀ ਵਨ ਟਾਈਮ ਫਰਾਈਡ ਸੈਕਿੰਡ ਟਾਈਮ ਰੋਸਟ ਅੱਛਾ ਤੋ ਬਾਅਦ ਥਰਡ ਟਾਈਮ ਇਹਦੇ ਕ੍ਰੀਮੀ ਚ ਤੜਕਾ ਲੱਗੇਗਾ ਠੀਕ ਆ ਭਾਜੀ ਤਿੰਨ ਫੋਰਵਰ ਲੋ ਬੜੋ ਫਿਰ ਕੀ ਬਾਤ ਹੈ ਇੰਨੇ ਕਾਕੇ ਕੱਢ ਦਾਂਗੇ ਕੱਚੇ ਨਹੀਂ ਰਹਿਣਗੇ ਬੱਲੇ ਬੱਲੇ ਕਰਾਤੀ ਤੁਸੀਂ ਤੇ ਲੱਗਦਾ ਅਸੀਂ ਸਾਨੂੰ ਵੀ ਪਕਾ ਕੇ ਭੇਜਣਾ ਭਾ ਕਾ ਇੱਥੋਂ ਦੀ ਲੈ ਕੇ ਇਹਨਾਂ ਦਾ ਨਾਮ ਬੜਾ ਸੁਣਿਆ ਸਾਈ ਦਾ ਅੰਮ੍ਰਿਤਸਰ ਦੇ ਵਿੱਚ ਤੇ ਅੱਜ ਆਪਾਂ ਵਿਜ਼ਿਟ ਕੀਤਾ ਮਾਂ ਵੇਖਦੇ ਆ ਵੀ ਇਹਨਾਂ ਕੋਲ ਕੀ ਹੋ ਜਾ ਜਿਹੜਾ ਨਾ ਵੀ ਲੋਕੀ ਇਹਨਾਂ ਕੋਲ ਜਿਹੜੇ ਆਉਂਦੇ ਆ ਮਾਗਿਆ ਨੇ ਤੁਹਾਨੂੰ ਆਉਣ ਵਾਲੇ ਟਾਈਮ 'ਚ ਦੋ ਤਿੰਨ ਦਿਨਾਂ ਦੇ ਵਿੱਚ ਨੂਡਲ ਚੂਰੀਅਨ ਚੀਜ਼ ਚਿੱਲੀ ਫਰਾਈਡ ਰਾਈਸ ਪੋਟੈਟੋ ਤੇ ਮਨਚੂਰੀਅਨ ਵਿਦ ਰਾਈਸ ਮਨਚੂਰੀਅਨ ਵੀ ਰੁਮਾਲੀ ਰੋਟੀ ਨਾਲ ਕੁਲਚਾ ਕੁਝ ਵੀ ਖਾ ਸਕਦੇ ਮਾ ਧਮਾਕਾ ਕਰਾ ਦੇਣਾ ਜਾਂ ਆਦਾ ਅੰਮ੍ਰਿਤਸਰ ਦੇ ਵਿੱਚ ਤੁਸੀਂ ਮੈਨੂੰ ਲੱਗਦਾ ਕਿਸੇ ਦਾ ਕੰਮ ਨਹੀਂ ਚੱਲਣ ਦੇਣਾ ਨਾਲ ਨਹੀਂ ਨਹੀਂ ਸਾਰੇ ਭਰਾਵਾਂ ਦਾ ਕੰਮ ਜਿੰਨੀਆਂ ਵੈਰਾਈਟੀਆਂ ਨਾਲ ਲੈਂਤੀਆਂ ਨਾ ਸਾਰਾ ਕੰਮ ਹੀ ਬੱਲੇ ਬੱਲੇ ਕਰਾ ਦੇਣੀਆਂ ਅੰਮ੍ਰਿਤਸਰ ਵਿੱਚ ਯਾਰ ਮਿਹਨਤ ਕਰੀ ਜਾਓ ਤੇ ਰੋਟੀ ਮਿਲੀ ਜਾਏਗੀ ਨਾ ਨੈਵਰ ਗਿਵ ਅਪ ਰਿਲਾਈਜ਼ ਅੱਛਾ ਬਾਤ ਹੈ ਭਾਜੀ ਨਹੀਂ ਨਹੀਂ ਪੜੇ ਕਿੰਨਾ ਹੈ ਜੀ 10 ਪੜੇ 10 10ਵੀਂ ਪੜੇ ਜੀ ਹਾਂਜੀ ਆਪ ਫਿਰ ਵੀ ਨਹੀਂ ਇੰਗਲਿਸ਼ ਆਈ ਤੁਹਾਡੀ ਐਕਚੁਅਲੀ ਪਾਪਾ ਕਹਿੰਦੇ ਵੀ ਯਾਰ ਤੂੰ ਪੜ੍ਹਾਈ ਕਰ ਤੇ ਪੜ੍ਹਾਈ ਕੀਤੀ ਤਿੰਨ ਕੋਰਸ ਕੀਤੇ ਜਿਹਦੇ ਵਿੱਚ ਇੰਗਲਿਸ਼ ਵੀ ਐਡ ਹੈਗੀ ਸੀ ਠੀਕ ਆ ਉਹ ਫਿਰ ਠੀਕ ਆ ਮਾੜੀ ਮੋਟੀ ਮੂੰਹ ਤੇ ਚੜੀ ਹੋਈ ਆ ਤੁਹਾਡੀ ਬਣਨ ਲੱਗੀ ਜੇ ਸਪ੍ਰਿੰਗ ਰੋਲ ਦੀ ਆਈਟਮ ਨੰਬਰ 1 ਸਪਾਈਸਿਸ ਪਤਾ ਹੀ ਆ 4 ਪਲੱਸ ਨਹੀਂ ਗਾ ਤੇ 84 ਪਲੱਸ ਹੀ ਹੋਣਗੇ ਘੱਟ ਨਹੀਂ ਹੋਣਾ ਭਾਜੀ ਜ਼ਿਆਦਾ ਨਹੀਂ ਆਵੇ ਲੋ ਹਲਕੇ ਜੇ ਪਾਏ ਓਕੇ ਭਾਜੀ ਕੀ ਆ ਗਿਆ ਭਾਜੀ ਹੁਣ ਸੇਜ਼ੋਨ ਮੋਮੋਜ਼ ਵਾਲੀ ਸੇਜ਼ੋਨ ਆ ਮੋਮੋਜ਼ ਵਾਲੀ ਜਿਹੜੀ ਹਾਂ ਜਿਹੜੀ ਆਮ ਜਿਹੜੀ ਆਪਾਂ origignal ਸੇਜ਼ੋਨ ਬਣਾਉਂਦੇ ਉਹ ਬੰਦ ਕਰਤੀ ਉਹ ਜ਼ਿਆਦਾ ਸਪਾਈਸੀ ਹੋ ਜਾਂਦੀ ਨਾ ਕਸਟਮਰ ਕਹਿੰਦਾ ਵੀ ਇੰਨਾ ਸਪਾਈਸੀ ਹੜ ਕੋ ਖਾਣੀ ਨਹੀਂ ਹਾਂ ਜਾ ਗਿਆ ਕਸਟਮਰ ਜਿਸ ਤਰ੍ਹਾਂ ਕਹੇ ਉਸ ਤਰ੍ਹਾਂ ਕਰ ਦਿੰਦੇ ਹਾਂ ਕਸਟਮਰ ਕਹੇਗਾ ਘੱਟ ਕ੍ਰੀਮੀ ਚਾਹੀਦਾ ਆ ਘੱਟ ਸਪਾਈਸੀ ਚਾਹੀਦਾ ਆ ਦੋ ਬਣ ਜਾਣਗੀਆਂ ਸਾਡਾ ਮਲਾਈ ਮਸਾਲਾ ਮਿਕਸ ਸਪ੍ਰਿੰਗ ਰੋਲ ਬਣਦਾ ਹੈ ਭਾਜੀ ਇਹ ਸੜਨਾ ਜਾਣ ਪੱਕ ਪੱਕ ਕੇ ਇਹ ਸੜਨਗੇ ਨਹੀਂ ਭਾਜੀ ਇਹ ਰੋਸਟ ਹੋਣਗੇ ਕ੍ਰਿਸਪੀ ਬਣਨਗੇ ਦੇਸੀ ਘਿਓ ਵੀ ਉਹਨਾਂ ਦੇ ਵਿੱਚ ਬਿਲਕੁਲ ਭਾਜੀ ਇਹ ਜਿਹੜਾ ਮੱਖਣ ਨਾ ਮੱਖਣ ਆਪਾਂ ਕੋਲਿਆਂ ਉੱਤੇ ਪਕਾਉਂਦੇ ਰਹਿੰਦੇ ਆ ਹਮੇਸ਼ਾ ਪਕਦਾ ਰਹੇਗਾ ਪੱਕ ਕੇ ਜਿਹੜਾ ਬਣ ਜਾਏਗਾ ਉਹ ਦੇਸੀ ਘਿਓ ਹੈ ਦੇਖੋ ਹੁਣ ਇਹ ਪਕਦਾ ਪਿਆ ਨਾ ਮੱਖਣ ਹਾਂ ਠੀਕ ਹੋ ਆ ਗਿਆ ਸਾਰਾ ਇਹ ਦੇਸੀ ਘਿਓ ਬਣ ਜਾਣਾ ਹੁਣ ਇਹ ਸੈਲਡ ਆ ਗਿਆ ਸਾਰਾ ਬਿਲਕੁਲ ਇਹ ਸੈਲਡ ਵਿੱਚ ਪੰਜ ਤਰ੍ਹਾਂ ਦੀ ਸਬਜ਼ੀਆਂ ਤੁਹਾਨੂੰ ਮਿਲਣਗੀਆਂ ਜਿਹਦੇ ਚ ਅਨੀਅਨ ਕੈਪਸਿਕਮ ਸਵੀਟ ਕੋਰਨ ਟੋਮੈਟੋ ਪੰਜ ਤਰ੍ਹਾਂ ਦੀਆਂ ਸਬਜ਼ੀਆਂ ਭਾਜੀ ਤੜਕਾ ਸਾਰਾ ਹੀ ਬਿਲਕੁਲ ਆ ਜਦ ਤੱਕ ਪੱਕੇਗਾ ਨਹੀਂ ਕ੍ਰੀਮ ਪਏਗੀ ਨਹੀਂ ਸਪ੍ਰਿੰਗ ਰੋਲ ਇਸ ਤੋਂ ਬਾਅਦ ਹੁਣ ਫੇਰ ਇਹਦੇ ਵਿੱਚ ਆਉਣਗੇ ਬਿਲਕੁਲ ਆਣਗੇ ਇਹ ਕ੍ਰੀਮ ਆਏਗੀ ਬਾਤ ਹੈ ਜੀ ਇਹ ਆ ਗਈ ਕ੍ਰੀਮ ਹੁਣ ਬਿਲਕੁਲ ਤੇ ਪਰ ਚੱਲਿਆ ਜੀ ਡੱਬਾ ਫੁੱਲ ਭਰ ਕੇ ਆਏਗਾ ਕ੍ਰੀਮੀ ਦਾ ਰੇਟ 120 ਗਾਹੀ ਲੇਕਿਨ ਆਪਾਂ ਸੋਈ ਕੀਤਾ ਹੁਣ ਦੁਬਾਰਾ ਕ੍ਰੀਮ ਦਾ ਸਾਰਾ ਵਿੱਚ ਪਾਤਾ ਜਾ ਕੋਈ ਚੱਕਾ ਵੰਡ ਦਾਂਗੇ ਉਹਨਾਂ ਜ਼ਿਆਦਾ ਕਸਟਮਰ ਆ ਗਏ ਬੜੀ ਜ਼ਿਆਦਾ ਬਣਾਣਾ ਮੰਡੋ ਘਰ ਕੀ ਖੜਨਾ ਬਾਅਦ ਚ ਲੋਨ ਪੂਰੇ ਰੋਸਟ ਹੋ ਕੇ ਲਾਲ ਹੋ ਚੁੱਕੇ ਨੇ ਪੂਰੇ ਲਾਲ ਹੋ ਗਏ ਨਾ ਭਾਜੀ ਪੂਰੇ ਹੁਣ ਬਸ ਬਿਲਕੁਲ ਬਿਲਕੁਲ ਤਿਆਰ ਨਹੀਂ ਹੋਇਆ ਜੇ ਹਜੇ ਅੱਧਾ ਕੰਮ ਹੋਇਆ ਅੱਧਾ ਸਾਈ ਵੈਸੇ ਤੁਸੀਂ ਸਟਰਗਲ ਬਹੁਤ ਜ਼ਿਆਦਾ ਕੀਤਾ ਸਹੀ ਆ ਸਬਜੀ ਦਾਲੇ ਕੰਮ ਸ਼ੁਰੂ ਕੀਤਾ ਸੀ ਜਿਹੜੀ ਵੀ ਨਹੀਂ ਸੀ ਪਤਾ ਲੈ ਕੇ ਜੜ ਤੱਕ ਦੀ ਕਹਾਣੀ ਸੁਣਾ ਦਾਂਗੇ ਧੱਕੇ ਖਾ ਕੇ ਨਾ ਕੇ ਬਦਾਮ ਭਾਜੀ ਵਿੱਚ ਪਾ ਦਿਓ ਨਾ ਬਿਲਕੁਲ ਜੀ ਬਣ ਕੇ ਆਏਗੀ ਖਾ ਕੇ ਦੱਸਿਓ ਕਿੱਦਾਂ ਦੀ ਬਣੀ ਆਪਾਂ ਟੇਸਟ ਕਰਕੇ ਆਪਣੀ ਆਡੀਅנס ਨੂੰ ਦੱਸਣਾ ਕਿਵੇਂ ਦਾ ਵਾ ਫਿਰ ਤੁਹਾਨੂੰ ਰਿਵਿਊ ਦੱਸਾਂਗੇ ਵੀ ਕਸਟਮਰ ਇੱਥੇ ਆਉਣਗੇ ਨਾ ਆਉਣ ਬਿਲਕੁਲ ਆਣਗੇ ਸਰ ਜੀ 5 ਮਿੰਟ ਲੱਗਨੇ ਪਤਨ ਜੀ ਭਾਜੀ ਜਦੋਂ ਤੁਸੀਂ ਦਰਬਾਰ ਸਾਹਿਬ ਅੱਡਾ ਲਗਾਉਂਦੇ ਸੀ ਹਾਂਜੀ ਉਸ ਤੋਂ ਬਾਅਦ ਤੁਸੀਂ ਜਦੋਂ ਅੱਡਾ ਚੁੱਕਿਆ ਗਿਆ ਉੱਥੇ ਤੇ ਤੁਹਾਨੂੰ ਬਹੁਤ ਜ਼ਿਆਦਾ ਲੋਸ ਹੋ ਗਿਆ ਬਹੁਤ ਜ਼ਿਆਦਾ ਮੋਸਟਲੀ ਮੇਰੇ ਕੋਲ 10 12 ਮੁੰਡੇ ਕੰਮ ਕਰਦੇ ਸਾਰੇ ਲੋਸ ਹੋ ਗਏ ਮੁੰਡਿਆਂ ਦਾ ਕੰਮ ਚਲਾ ਗਿਆ ਉਹ ਵੀ ਇੱਧਰ ਉੱਧਰ ਦਿਹਾੜੀਆਂ ਲਾਣ ਲੱਗ ਪਏ ਫਿਰ 1.5 ਸਾਲ ਬਾਅਦ ਸਾਡਾ ਕਾਊਂਟਰ ਲੱਗਾ ਉੱਥੇ ਉਹ ਜਲ ਸੀ 2 ਸਾਲ ਬਾਅਦ ਜਿਹੜੀ ਗੱਲ ਹੈ ਨਾ ਤੁਸੀਂ ਵੀ ਨੌਕਰੀ ਵੀ ਕੀਤੀ ਫਿਰ ਇਹਦਾ ਕਹਿਣਾ ਮਤਲਬ ਨੌਕਰੀ ਕਰਨ ਦੇ ਕੰਮ ਹੋ ਗਿਆ ਨਾ ਆਪਣਾ ਕੰਮ ਬੰਦ ਹੋਣ ਤੋਂ ਬਾਅਦ ਕਹਿ ਸਕਦੇ ਆ ਲੇਕਿਨ ਉਹਨਾਂ ਨਾਲ 50-50 ਹੈਗਾ ਸੀ ਉਹ ਅੱਜ ਵੀ ਹੈਗਾ ਵਾ ਮੁੰਡੇ 50% ਲੈ ਰਹੇ ਆਪਣਾ ਕਮਾ ਰਹੇ ਖਾ ਰਹੇ ਤੇ ਉਸ ਤੋਂ ਬਾਅਦ ਹੁਣ ਕਿਵੇਂ ਸਟੈਂਡ ਹੋਈ ਫਿਰ ਆਪਣੇ ਪੈਰਾਂ ਤੇ ਇਹ ਕਿਸਮਤ ਹੈਗੀ ਜੇ ਕਿ ਵੀ ਇੱਥੇ ਪਲੇਸ ਖੁੱਲਿਆ ਤੇ ਸਾਨੂੰ ਸਪੇਸ ਮਿਲ ਗਿਆ ਮਤਲਬ ਇੱਥੇ ਜਗ੍ਹਾ ਜਿਹੜੀ ਹੈ ਮਿਲ ਗਈ ਤੇ ਫਿਰ ਤੁਸੀਂ ਆਪਣਾ ਕੰਮ ਸ਼ੁਰੂ ਸੋਚਿਆ ਵੀ ਇੱਥੇ ਕਾਊਂਟਰ ਲੱਗੇਗਾ ਹੁਣ ਤਾਂ ਆਪਣਾ ਕੰਮ ਸਹੀ ਹੈ ਨਾ ਸੈਟ ਇਹਨਾਂ ਨੇ ਠੀਕ ਹੈ ਮਹਾਰਾਜ ਦੀ ਕਿਰਪਾ ਹੈ ਰੋਟੀ ਪਾਣੀ ਚੱਲੀ ਜਾ ਦੁਨੀਆ ਨੇ ਸਿਖਾਇਆ ਸਾਰਾ ਕੁਝ ਸਿਖਾ ਦਿੰਦੀ ਆ ਤਾਂਵੇਂ ਦਾ ਭਾਂਡਾ ਦੁਨੀਆ ਲੈ ਕੇ ਆਈ ਆਪਾਂ ਉਹਨੂੰ ਲੈ ਕੇ ਆਏ ਇਹ ਸਾਡੇ ਤੋਂ ਪਹਿਲੇ ਵੀ ਗਾ ਸੀ ਪਵਨ ਭਾਜੀ ਇੱਧਰ ਮੈਂ ਪਹਿਲੀ ਵਾਰੀ ਵੇਖਿਆ ਤਾਂਵੇਂ ਦੇ ਭਾਂਡੇ ਜਿੰਨਾ ਕੁਝ ਭਾਂਡਾ ਪਿਆ ਨੇ ਕਦੀ ਵੀ ਨਹੀਂ ਦੇਖ ਕੇ ਸੀ ਜਗ੍ਹਾ ਦਿਨੀ ਹੋ ਜਾ ਵੇਖਿਆ ਰੈਡੀ ਰੈਡੀ ਆ ਦੇਖੋ ਮੱਖਣ ਆ ਗਿਆ ਨਾ ਟੀਮ ਪੱਕ ਚੁੱਕੀ ਹੈ ਥਿਕਨੈਸ ਤਿਆਰ ਹੋ ਚੁੱਕੀ ਹੈ ਤੁਹਾਡੀ ਅੱਛਾ ਗ੍ਰੇਵੀ ਦੀ ਥਿਕਨੈਸ ਤਿਆਰ ਹੋ ਚੁੱਕੀ ਹੈ ਆ ਵੇਖੋ ਭਾਜੀ ਹੋ ਗਿਆ ਤਿਆਰ ਹੁਣ ਬਿਲਕੁਲ ਆ ਵੇਖੋ ਬਾਲੇ ਕਿੱਦਾਂ ਵੱਜ ਰਹੇ ਇਹ ਤਾਂ ਪੂਰੇ ਡੇਰਾ ਭਾਜੀ ਬਾਲੇ ਮਾਰ ਕੋਲਿਆਂ ਉੱਤੇ ਅੰਜ ਬਾਲੇ ਮਾਰ ਕੇ ਕੋਈ ਚੀਜ਼ ਨਹੀਂ ਬਣਾ ਭਾਜੀ ਸਪ੍ਰਿੰਗ ਰੋਲ ਵੀ ਮੈਂ ਪਹਿਲੀ ਵਾਰੀ ਬਣਾ ਸਕਦਾ ਸਾਈਂ ਸਾਈਂ ਕੱਲਾ ਸਾਈਂ ਬਣਾ ਸਕਦਾ ਹੋਰ ਨਹੀਂ ਕੋਈ ਬਣਾ
ਮਾਰਕੀਟ ਦੇ ਬਿਲਕੁਲ ਆਪੋਜ਼ਿਟ ਸਾਈਂ ਫਾਸਟ ਫੂਡ। ਧੰਨਵਾਦ ਜਿਹੜਾ ਤੁਸੀਂ ਇੰਨਾ ਸਾਨੂੰ ਇੰਨਾ ਟਾਈਮ ਦਿੱਤਾ, ਤੁਹਾਡਾ ਇੰਨਾ ਟਾਈਮ ਅਸੀਂ ਖਰਾਬ ਕੀਤਾ। ਨਹੀਂ ਨਹੀਂ ਖਰਾਬ ਨਹੀਂ ਕੀਤਾ, ਠੀਕ ਹੈ ਸਰ ਜੀ। ਜੀ ਮਿਲਦੀ ਆ ਤੁਹਾਨੂੰ ਫੇਰ ਅਗਲੀ ਨਵੀਂ ਵੀਡੀਓ ਦੇ ਨਾਲ। ਸਾਈਂ ਜੀ ਤੁਸੀਂ ਮਿਲ ਲਿਆ ਵਾ ਤੇ ਹੁਣ ਮਿਲਾਂਗੇ ਤੁਹਾਨੂੰ ਫੇਰ ਨਵੀਂ ਵੀਡੀਓ ਦੇ ਨਾਲ। ਓਕੇ ਜੀ ਬਾਏ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਭਾਜੀ ਸੁਣਿਆ ਤੁਸੀਂ 300 ਕਿਲੋਮੀਟਰ ਦਾ ਹਰਿਆਣੇ ਤੋਂ ਅੰਮ੍ਰਿਤਸਰ ਰਬੜੀ ਫਲੂਦਾ ਆਈਸਕ੍ਰੀਮ ਜਿਹੜੀ ਤੁਸੀਂ ਵੇਚਦੇ ਪਏ। ਹਾਂਜੀ ਹਾਂਜੀ ਭਾਜੀ। ਇੰਨੀ ਦੂਰੋਂ ਉੱਥੇ ਵੀ ਤੇ ਕਾਫੀ ਕੰਮ ਖੋਲ ਸਕਦੇ, ਤੁਸੀਂ ਅੰਮ੍ਰਿਤਸਰ ਕਿਉਂ ਚੁਣਿਆ? ਬਸ ਭਾਜੀ ਮਤਲਬ ਕਿ ਇੱਥੇ ਟੇਸਟ ਨਹੀਂ ਹੈਗਾ ਸੀ, ਇਸ ਕਰਕੇ ਇਹ ਇੰਨੀ ਦੂਰ ਤੋਂ ਇਸਕੇ ਆਏ ਆ ਵੀ ਲੋਕਾਂ ਨੂੰ ਟੇਸਟ ਨਹੀਂ ਹੈ। ਅੱਛਾ ਇੱਥੇ ਉਹ ਟੇਸਟ ਨਹੀਂ ਹੈਗਾ? ਨਹੀਂ ਮਿਲੇਗਾ ਟੇਸਟ ਭਾਜੀ। ਮਾਲਕੋ ਇੱਥੇ ਬੜੇ ਕਾਰੀਗਰ ਬੈਠੇ ਹੋਏ ਅੰਮ੍ਰਿਤਸਰ, ਤੁਹਾਨੂੰ ਕਹਿੰਦੇ ਗੁਰੂ ਦੀ ਨਗਰੀ, ਇੱਥੇ ਖਾਣ ਪੀਣ ਦਾ ਬੜਾ ਖਜ਼ਾਨਾ ਹੈ। ਮੈਂ ਕਹਿੰਦਾ ਭਾਜੀ ਮੇਰੀ ਰਬੜੀ 100% ਪਿਓਰ ਹੈ ਭਾਜੀ, ਦੁੱਧ ਚੀਨੀ ਤੇ ਇਲਾਚੀ ਪਾਊਡਰ ਨਾਲ ਬਣੀ, ਕੋਈ ਮਿਲਕ ਪਾਊਡਰ ਨਹੀਂ, ਕੋਈ ਅਰਾਰੋਟ ਨਹੀਂ, ਕੋਈ ਕਸਟਰਡ ਪਾਊਡਰ। ਤੇ ਤੁਹਾਨੂੰ ਅੰਮ੍ਰਿਤਸਰ ਆ ਕੇ ਕਿੱਦਾਂ ਦਾ ਰਿਸਪੌਂਸ ਮਿਲਿਆ, ਕਿੱਦਾਂ ਦਾ? ਦੇਖੋ ਭਾਜੀ ਮੈਂ ਪਹਿਲੇ ਸੀਜ਼ਨ ਸੂਪ ਦਾ ਲਾਇਆ, 6 ਮਹੀਨੇ ਸੂਪ ਕੀਤਾ ਤੇ ਸੂਪ ਦਾ ਮਤਲਬ ਕਿ ਬਹੁਤ ਵਧੀਆ ਰਿਸਪੌਂਸ ਮਿਲਿਆ ਮੇਰੇ ਆਉਣ ਤੋਂ ਪਹਿਲੇ। ਹਾਂਜੀ। ਤੇ ਹੁਣ ਮੈਂ ਮੇਰਾ ਫਸਟ ਸੀਜ਼ਨ ਹੈ ਯਾਨੀ ਕਿ। ਹਾਂਜੀ। ਤੇ ਮੈਂ ਹੁਣ 20 ਦਿਨ ਹੋਏ ਜਾਂ ਮੈਂ ਸ਼ੁਰੂ ਕੀਤਾ ਨੂੰ। ਭਾਜੀ ਮੇਰੀ ਰਬੜੀ ਅਲੱਗ ਹੀ ਮਿਲੇਗੀ, ਜਿਹੜੀ ਬਦਾਮੀ ਕਲਰ ਦੀ ਹੋਏਗੀ। ਬਦਾਮੀ ਕਲਰ ਦੀ? ਲੋ ਜੀ ਭਾਜੀ ਇਹ ਬਣਾ ਕੇ ਦਿਖਾਉਂਦਾ ਰਬੜੀ ਫਲੂਦਾ ਭਾਜੀ। ਰਬੜੀ ਫਲੂਦਾ? ਹਾਂਜੀ ਹਾਂਜੀ ਭਾਜੀ। ਇਹ ਆ ਗਏ ਲੱਛੇ ਭਾਜੀ। ਲੱਛੇ ਆ ਗਏ ਅੰਮ੍ਰਿਤਸਰ ਚ ਅੰਕਲ ਜੀ, ਇਹ ਤੇ ਹਰ ਜਗ੍ਹਾ ਮਿਲ ਜਾਂਦੀ ਆ ਭਾਜੀ। ਜਿਹੜਾ ਅਸੀਂ ਰਬੜੀ ਬਣਾਉਂਦੇ ਆ ਨਾ। ਹਾਂਜੀ। ਰਬੜੀ ਵਾਲਾ ਫਲੇਵਰ ਨਹੀਂ ਮਿਲੇਗਾ, ਲੱਛੇ ਲੁੱਛੇ ਸਭ ਮਿਲ ਜਾਣਗੇ ਭਾਜੀ। ਅੱਛਾ। ਹਾਂਜੀ ਕੀ ਆਈ ਗਿਆ ਸਾਨੂੰ ਦੱਸ ਜਣਾ? ਗੋਂਦ ਕਤੀਰਾ ਆ ਗਿਆ। ਇਹ ਗੋਂਦ ਕਤੀਰਾ ਆ ਗਿਆ। ਇਹ ਆ ਗਈ ਚੀਆ ਸੀਡ ਭਾਜੀ। ਚੀਆ ਸੀਡ ਆ ਗਈ। ਔਰ ਇਹ ਆ ਗਿਆ ਕੇਸਰ ਫਲੇਵਰ ਭਾਜੀ। ਫਲੇਵਰ ਆ ਗਿਆ ਕੇਸਰ। ਜਿਹਦਾ ਸਵਾਦ ਜਿਹੜਾ ਇੱਥੇ ਲੈਣ ਦਾ ਕਸਟਮਰਾਂ ਨੂੰ। ਹੁਣ ਇਹ ਪਈ ਰਬੜੀ ਕੁਲਫੀ ਭਾਜੀ। ਕੁਲਫੀ ਵੀ ਆਏਗੀ? ਹਾਂਜੀ ਹਾਂਜੀ। ਤੇ ਆਈਸ ਜੋਗੀ ਤੇ ਜਗ੍ਹਾ ਨਹੀਂ ਛੱਡੀ ਤੁਸੀਂ? ਆਈਸ ਤੇ ਪਾਈ ਨਹੀਂ ਭਾਜੀ। ਆਈਸ ਆਏਗੀ ਨਹੀਂ? ਆਈਸ ਦਾ ਕੋਈ ਕੰਮ ਹੀ ਨਹੀਂ। ਆ ਗਈ ਕੁਲਫੀ। ਇਹ ਆ ਗਈ ਕੁਲਫੀ ਭਾਜੀ। ਵਾਹ ਜੀ ਵਾਹ। ਆਈਸ ਤੋਂ ਬਿਨਾ ਠੰਡੀ ਹੋਏਗੀ? ਭਾਜੀ ਕੁਲਫੀ ਸੀ ਕਰੇ ਪਾਣੇ ਵੀ ਠੰਡਾ ਰਹੇ। ਕੁਲਫੀ ਠੰਡੀ ਹੈ, ਠੰਡਾ ਰਹੇਗਾ ਭਾਜੀ। ਅੱਛਾ ਜੀ ਵਾਹ ਜੀ। ਹਾਂਜੀ ਹਾਂਜੀ। ਇਹ ਆਈਸ ਦਾ ਕੰਮ ਕਰੇਗੀ ਕੁਲਫੀ? ਕਹਿਣ ਦਾ ਮਤਲਬ ਕੁਆਲਿਟੀ 'ਚ ਕੋਈ ਕੰਪਰੋਮਾਈਜ਼ ਨਹੀਂ। ਕੋਈ ਕੰਪਰੋਮਾਈਜ਼ ਨਹੀਂ ਭਾਜੀ। ਇਹ ਆ ਗਈ ਕੁਲਫੀ ਭਾਜੀ। ਤੇ ਤੁਹਾਨੂੰ ਇਹ ਕੰਮ ਕਰਦੇ ਨੂੰ ਕਿੰਨਾ ਚਿਰ ਹੋ ਚੁੱਕਿਆ? ਮੈਨੂੰ ਭਾਜੀ 4 ਸਾਲ ਹੋਏ ਭਾਜੀ ਅਜੇ ਫਿਲਹਾਲ ਇਹ ਕੰਮ 'ਚ ਕਰਦੇ ਨੂੰ। ਹਾਂਜੀ ਹਾਂਜੀ 4 ਸਾਲ। ਪਹਿਲੇ ਕਿਹੜੀ ਲਾਈਨ ਹੈਗੀ ਸੀ ਤੁਹਾਡੇ ਕੰਮ ਦੀ? ਪਹਿਲੇ ਮੈਂ ਕਿਰਾਣੇ ਦੀ ਦੁਕਾਨ 'ਚ ਜੋਬ ਕਰਦਾ ਭਾਜੀ। 27 ਸਾਲ ਜੋਬ ਕੀਤੀ ਕਿਰਾਣੇ ਦੁਕਾਨ ਤੇ। ਇਹ ਲਾਈਨ 'ਚ ਆਣਾ ਕਿੱਦਾਂ ਸੋਚਿਆ? ਬਸ ਇੱਕਦਮ ਬੜੇ ਦੁਕਾਨ ਤੋਂ ਮਤਲਬ ਕਿ ਦਿਲ ਨਹੀਂ ਕੀਤਾ ਵੀ ਇੰਨੇ ਸਾਲ ਨੌਕਰੀ ਕੀਤੀ ਯਾਨੀ ਕਿ, ਸੋਚਿਆ ਵੀ ਆ ਕੁਛ ਆਪਣਾ ਕੀਤਾ ਜਾਏ ਯਾਨੀ ਕਿ। ਤੇ ਕਾਮਯਾਬੀ ਮਿਲੀ? ਹਾਂ ਕਾਮਯਾਬੀ ਮਿਲੀ ਜੀ। ਵਾਹ ਜੀ ਵਾਹ। ਆ ਗਿਆ ਭਾਜੀ ਹੁਣ ਡਰਾਈ ਫਰੂਟ ਦੇ ਵਿੱਚ। ਅੰਕਲ ਜੀ ਕਿੰਨਾ ਕੁਝ ਪਈ ਜਾਂਦੇ ਗਲਾਸ ਅੱਗੇ ਫੁੱਲ ਹੋ ਗਿਆ? ਬਸ ਭਾਜੀ ਕਮਾਲ ਹੈ, ਪੂਰਾ ਫੁੱਲ ਕਰਕੇ ਦੇਵਾਂਗੇ ਭਾਜੀ। ਤੁਹਾਡਾ ਸਮਾਨ ਅਜੇ ਮੁੱਕਿਆ ਨਹੀਂ, ਗਲਾਸ ਤੇ ਪਹਿਲੇ ਫੁੱਲ ਹੋ ਗਿਆ। ਡਰਾਈ ਫਰੂਟ ਆ ਗਿਆ ਭਾਜੀ। ਠੀਕ ਆ। ਇਹਦੇ ਉੱਪਰ ਵੀ ਲੇਵਰ ਜੁਣਾ? ਹਾਂਜੀ ਹਾਂਜੀ ਹਾਂਜੀ। ਇਹ ਆ ਗਈ ਜੈਲੀ ਭਾਜੀ। ਅੱਛਾ ਜੈਲੀ ਆ ਗਈ ਉੱਪਰ? ਇਹ ਜੈਲੀ ਆ ਗਈ। ਕਿਆ ਬਾਤ ਹੈ ਅੰਕਲ ਜੀ, ਭਰ ਭਰ ਕੇ। ਅੰਕਲ ਜੀ ਦਾ ਪ੍ਰਾਈਸ ਕਿੰਨਾ ਗਲਾਸ ਦਾ? ਇਹ 70 ਰੁਪਏ ਭਾਜੀ ਸਿਰਫ। 70 ਰੁਪਏ ਦਾ ਗਲਾਸ ਦਾ ਪ੍ਰਾਈਸ? ਹਾਂਜੀ 70 ਰੁਪਏ ਸਿਰਫ। ਔਰ ਇਹ ਆ ਗਿਆ ਫਿਰ ਦੁਬਾਰਾ ਫਲੇਵਰ ਕੇਸਰ। ਕੇਸਰ ਫਲੇਵਰ ਆ ਗਿਆ ਦੁਬਾਰਾ। ਓਕੇ ਇਹ ਹੋ ਗਿਆ ਸਾਡਾ ਗਲਾਸ ਰੈਡੀ ਭਾਜੀ। ਓਕੇ ਭਰਾ ਫੜੇ ਅੰਕਲ ਜੀ ਗਲਾਸ। ਅੰਕਲ ਜੀ ਜੇ ਕਿਸੇ ਨੇ ਖਾਣ ਵਾਸਤੇ ਉਹਨਾਂ ਦੇ ਕਿੱਥੇ ਆਵੇ? ਇਹ ਆਣਾ ਪਏਗਾ ਭਾਜੀ ਸੁਗਾਨਵੀ ਰੋਡ ਨਿਊ ਅਜੀਤ ਨਗਰ ਰੈਡੀ ਮਾਰਕੀਟ ਭਾਜੀ। ਠੀਕ ਹੈ ਅੰਕਲ ਜੀ। ਮੋਬਾਈਲ ਨੰਬਰ ਹੈ ਮੇਰਾ 8590927868। ਅੰਕਲ ਜੀ ਟਾਈਮਿੰਗ ਵਗੈਰਾ ਕੋਈ ਦੱਸ ਦਿਓ? ਟਾਈਮਿੰਗ 5 ਤੋਂ 12 ਵਜੇ ਤੱਕ ਭਾਜੀ। ਓਕੇ ਅੰਕਲ ਜੀ ਥੈਂਕ ਯੂ। ਸਰ ਮੈਂ ਕਹਿਣਾ ਚਾਹੁੰਦੀ ਹਾਂ ਕਿ ਮੈਂ ਸਪੈਸ਼ਲ ਮਹਾਰਾਸ਼ਟਰ ਤੋਂ ਇਹ ਮੋਮੋਸ ਜਿਹੜੀ ਉਹ ਸਿੱਖ ਕੇ ਆਈ ਹਾਂ ਜੀ। ਅੰਮ੍ਰਿਤਸਰ ਦੇ ਸਾਰੇ ਵਾਸੀਆਂ ਨੂੰ ਮੈਂ ਕਹਿੰਦੀ ਹਾਂ ਇੱਕ ਵਾਰੀ ਇੱਥੇ ਆ ਕੇ ਜ਼ਰੂਰ ਟੇਸਟ ਕਰਨ। ਐਕਚੁਅਲੀ ਮੈਂ ਐਮਏ ਵਿਦ ਪੀਜੀਡੀਸੀ ਕੀਤਾ ਹੋਇਆ ਹੈ ਔਰ ਮੇਰੇ ਹਸਬੈਂਡ ਨੇ ਬੀਕੌਮ ਕੀਤੀ ਹੈ। ਅਸੀਂ ਦੋਨਾਂ ਨੇ ਸਟੇਟ ਲੈਵਲ 'ਤੇ ਵਰਕ ਕੀਤਾ ਪਰ ਅਸੀਂ ਆਪਣੀ ਬੇਟੀ ਨੂੰ ਪੜ੍ਹਾ ਨਹੀਂ ਸਕੇ ਬਿਕੋਜ਼ ਉਹ ਸੈਲਰੀ ਬਹੁਤ ਘੱਟ ਸੀਗੀ ਜੀ। ਅਤੇ ਇਸ ਕਰਕੇ ਸਾਨੂੰ ਇਹ ਹਾਰਡ ਵਰਕ ਕਰਨਾ ਪੈ ਰਿਹਾ ਹੈ ਕਿ ਤਾਂ ਕਿ ਅਸੀਂ ਆਪਣੀ ਬੱਚੀ ਨੂੰ ਵਧੀਆ ਸਕੂਲ ਵਿੱਚ ਪੜ੍ਹਾ ਸਕੀਏ। ਮੇਰੀ ਬੇਟੀ ਦਾ ਮਿਲੇਨੀਅਮ ਸਕੂਲ ਅੰਮ੍ਰਿਤਸਰ ਦੇ ਵਿੱਚ ਹੈ ਅਤੇ ਉਹਦੀ ਫੀਸ ਨੂੰ ਇਕੱਠਾ ਕਰਨ ਦੇ ਵਾਸਤੇ ਅਸੀਂ ਦੋਨੋਂ ਹਾਰਡ ਵਰਕ ਕਰਦੇ ਪਏ ਹਾਂ। ਜਿਹਦੀ ਬੱਚੇ ਦੀ ਫੀਸ ਕਿੰਨੀ ਹੈਗੀ ਹੈ? 1,30,000 ਰੁਪਿਆ। 1,30,000 ਸਾਲ ਦਾ? ਸਾਲ ਦਾ। ਐਕਸਟਰਾ ਚਾਰਜਸ ਵੀ ਹੁੰਦੇ ਨੇ ਜੀ ਤੇ ਉਹ ਕੁਝ ਐਕਟੀਵਿਟੀਜ਼ ਹੁੰਦੀਆਂ ਨੇ ਉਹਨਾਂ ਦੇ। ਅੱਛਾ। ਫਿਰ ਜਿਨ੍ਹਾਂ ਨੂੰ ਅਸੀਂ ਪੂਰਾ ਨਹੀਂ ਕਰ ਪਾ ਰਹੇ ਸੀ ਤੇ ਜਿਸ ਕਰਕੇ ਸਾਨੂੰ ਇਹ ਵਾਲਾ ਕੰਮ ਕਰਨਾ ਪਿਆ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਅੱਜ ਇੱਕ ਐਸੀ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਕਿ ਇੱਕ ਮਾਂ ਆਪਣੇ ਬੱਚੇ ਵਾਸਤੇ ਕੀ ਕਰ ਸਕਦੀ ਹੈ ਦੁਨੀਆ ਵਿੱਚ। ਇਹ ਤੁਸੀਂ ਸਭ ਸੁਣਿਆ ਹੋਏਗਾ, ਅੱਜ ਇੱਕ ਮਾਂ ਨੇ ਆਪਣੇ ਬੱਚੇ ਨੂੰ ਪੜ੍ਹਾਉਣ ਵਾਸਤੇ ਨੌਕਰੀ ਆਪਣੀ ਛੱਡਤੀ, ਬਾਪ ਨੇ ਆਪਣੀ ਇੱਕ ਨੌਕਰੀ ਛੱਡਤੀ, ਇੱਕ ਛੋਟੀ ਜਿਹੀ ਕਾਰਡ ਲਗਾਈ ਹੈ ਆਪਣੇ ਬੱਚੇ ਨੂੰ ਪੜ੍ਹਾਉਣ ਵਾਸਤੇ। ਅਤੇ
1,30,000 रुपया फीस हैगी है साल की, वो कढ़नी तो अपने बच्चे पढ़ाने वास्ते इन्नी मेहनत कर रही है। एक महीना हो दीदी कार्ड लगाए नूं, तो सानू साडे पंजाबियों चाहिए एक बार आके दीदी को सपोर्ट कर दियो, क्योंकि जो कुछ भी कर रही है अपने बच्चे वास्ते कर रही है। तो सानू चाहिए एक बार आके इन्हों को जरूर ट्राई करो, असी खा के वेखे बहुत ही ज़्यादा इन्हों के स्वाद है मोमोस, एक बार जरूर आके ट्राई करो। नमस्कार दीदी। नमस्ते, क्या हाल चाल है? हाँ जी ठीक है दीदी। बड़ी वधिया कार्ड लगाई हुई, अपने कार्ड ते की हुंदा है? ਸਰ ਸਾਡੇ ਕੋਲ ਹੁੰਦਾ ਹੈ ਚਿਕਨ ਮੋਮੋਜ਼ ਹੁੰਦੇ ਆ, ਵੈਜ ਮੋਮੋਜ਼, ਪਨੀਰ ਮੋਮੋਜ਼ ਹੁੰਦੇ ਆ, ਤੁਪਕਾ ਹੁੰਦਾ ਹੈ ਜੀ, ਔਰ ਸਵੀਟ ਕੋਰਨ। ਸਵੀਟ ਕੋਰਨ 1 ਵੀਕ ਹੋ ਗਈ। ਤੋ ਪਹਿਲੇ ਕੀ ਕਰਦੇ ਥੇ ਆਪ? ਪਹਿਲੇ ਸਰ ਮੈਂ ਐਜ਼ ਅ ਪ੍ਰੋਜੈਕਟ ਕੋਆਰਡੀਨੇਟਰ ਐਨਜੀਓ ਵਿੱਚ ਕੰਮ ਕੀਤਾ ਜੀ, ਸਟੇਟ ਲੈਵਲ। ਸਟੇਟ ਲੈਵਲ ਤੇ? ਯੈਸ। ਤੇ ਅੱਜ ਕਾਰਡ ਤੇ ਆਉਣ ਦਾ ਕਿੱਦਾਂ ਸੋਚਿਆ? ਐਕਚੁਅਲੀ ਮੇਰੀ ਡਾਟਰ ਹੈ, ਇੱਕ ਹੀ ਸਾਡੇ ਕੋਲ ਬੇਟੀ ਆ ਜੀ, ਤੇ ਉਹਨਾਂ ਦੀ ਫੀਸ ਸਾਡੇ ਕੋਲ ਨਹੀਂ ਹੋ ਪਾ ਰਹੀ ਜੀ, ਨਹੀਂ ਕਰ ਪਾ ਰਹੇ, ਤੇ ਜਿਸ ਕਰਕੇ ਸਾਨੂੰ ਇਹ ਵਾਲਾ ਕੰਮ ਕਰਨਾ ਸ਼ੁਰੂ ਕੀਤਾ। ਤੇ ਦੀਦੀ ਤੁਸੀਂ ਪੜ੍ਹੇ ਕਿੰਨਾ ਹੋ? ਮੈਂ ਐਮਏ ਕੀਤੀ ਹੈ। ਐਮਏ ਕੀਤੀ ਹੈ ਤੋ ਹਸਬੰਡ ਵੀ ਤੁਹਾਡੇ ਸਾਥ ਕੰਮ ਕਰਦੇ? ਹਾਂਜੀ। ਉਹ ਕਿੰਨਾ ਪੜ੍ਹੇ ਹੈ? ਉਹ ਬੀਕੌਮ ਕੀਤੀ ਹੈ। ਬੀਕੌਮ ਕਰਕੇ ਤੇ ਤੁਸੀਂ ਕਾਰ ਚਲਾ ਰਹੇ ਹੋ, ਕੋਈ ਅੱਛੀ ਨੌਕਰੀ ਨਹੀਂ ਮਿਲ ਰਹੀ? ਸਰ ਨੌਕਰੀਆਂ ਤਾਂ ਅਸੀਂ ਬਹੁਤ ਕੀਤੀਆਂ, ਮਤਲਬ ਉਸ ਐਨਜੀਓ ਤੋਂ ਡਿਜ਼ਾਈਨ ਕਰਨ ਤੋਂ ਬਾਅਦ, ਬਟ ਟਾਈਮਿੰਗ ਬਹੁਤ ਜ਼ਿਆਦਾ ਹੈ ਔਰ ਸੈਲਰੀ ਬਹੁਤ ਘੱਟ ਹੈ। ਇੱਥੇ ਨੌਕਰੀਆਂ ਨਹੀਂ ਹੈਗੀਆਂ, ਇੰਡਸਟਰੀ ਨਹੀਂ ਹੈਗੀ ਕੋਈ ਕੰਮ ਕਰ ਦੀ ਇੰਡਸਟਰੀ? ਹਾਂਜੀ। ਤੇ ਕੀ ਮੈਸੇਜ ਦੇਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਸਾਨੂੰ, ਕੋਈ ਨਾ ਕੋਈ ਜੋ ਵੀ ਤੁਹਾਡੇ ਵਿੱਚ ਟੈਲੈਂਟ ਹੈਗਾ ਵਾ ਉਹਨੂੰ ਆਪਣੇ ਤੋਂ ਬਾਹਰ ਕੱਢੋ, ਤੇ ਉਹਦੇ ਨਾਲ ਹੀ ਤੁਹਾਡਾ ਜਿਹੜਾ ਪਰਮੇਸ਼ੁਰ ਜਿਹੜਾ ਤੁਹਾਨੂੰ ਅੱਗੇ ਵਧਾਵੇ। ਇਹ ਮੈਂ ਖੁਦ ਹੀ ਬਣਾ ਰਹੀ ਹਾਂ, ਐਕਚੁਅਲੀ ਮੇਰੇ ਬ੍ਰਦਰ ਹੈਗੇ ਨੇ ਜੀ, ਮੇਰੇ ਹਸਬੈਂਡ ਦੇ ਬ੍ਰਦਰ ਨੇ ਉਹ ਜੀ, ਤੇ ਉਹਨਾਂ ਤੋਂ ਅਸੀਂ ਮਹਾਰਾਸ਼ਟਰ ਤੋਂ ਸਿੱਖ ਕੇ ਆਏ। ਮਹਾਰਾਸ਼ਟਰ ਤੋਂ ਸਿੱਖ ਕੇ ਆਏ ਹੋ? ਤੁਹਾਨੂੰ ਪਨੀਰ ਵਾਲੇ ਖਵਾਵਾਂਗੇ ਮੋਮੋ। ਜ਼ਰੂਰ ਜੀ। ਇਹ ਕੌਣ ਸੇ ਮੋਮੋ ਸਰ? ਦੀਦੀ ਇਹ ਵੈਜ ਮੋਮੋ ਤੇ ਪਨੀਰ ਮੋਮੋ। ਦੀ ਕਿੰਨੇ ਦੀ ਪਲੇਟ ਰਹਿੰਦੀ ਦੀਦੀ? 100 ਰੁਪਏ ਦੀ ਪਲੇਟ ਪਨੀਰ ਦੀ ਹੈਗੀ ਹੈ, 70 ਦੀ ਵੈਜ ਦੀ ਹੈਗੀ। ਤੇ ਕਿੰਨੇ ਪੀਸ ਹੁੰਦੇ ਦੀਦੀ? 10 ਪੀਸ ਹੁੰਦੇ ਦੋਨੋਂ। ਤੇ ਕੰਮ ਕਰ ਦੀਦੀ ਕਿੱਦਾਂ ਦਾ ਵਾ? ਹਾਂਜੀ ਬਹੁਤ ਵਧੀਆ। ਕਸਟਮਰ ਆ ਰਹੇ ਆ? ਬਹੁਤ ਵਧੀਆ, 1 ਵੀਕ ਵਿੱਚ ਬਹੁਤ ਵਧੀਆ ਰਿਸਪੌਂਸ ਮਿਲਦਾ ਪਿਆ। ਅੱਛਾ ਹਾਂਜੀ ਜੀ, ਤੁਹਾਡਾ ਟੇਸਟ ਹੈਗਾ ਦੀਦੀ ਤਦੇ ਮਿਲ ਰਿਹਾ ਨਾ? ਹਾਂਜੀ ਦੀਦੀ। ਕਿਹੜੀ ਕਿਹੜੀ ਸੌਸ ਆ ਗਈ ਦੱਸਿਓ? ਇਹ ਗਾਰਲਿਕ ਸੌਸ ਹੈ, ਇਹ ਮੈਂ ਜੀ ਜੀ ਪਨੀਰ ਦੀ ਸਟਫਿੰਗ ਵਾਲੇ। ਹਾਂਜੀ ਵਾਹ ਜ਼ਬਰਦਸਤ। ਤੇ ਦੀਦੀ ਕਿਸੇ ਨੇ ਖਾਣਾ ਨਾ ਹੋਵੇ, ਆਪਣਾ ਐਡਰੈਸ ਕੀ ਹੈਗਾ? ਸੀ ਬਲੌਕ ਮਾਰਕੀਟ ਹੈ ਤੇ ਕਾਰਪੋਰੇਸ਼ਨ ਦੀ ਬੈਕ ਸਾਈਡ ਤੇ ਹੈ। ਤੇ ਆਪਣਾ ਮੋਬਾਈਲ ਨੰਬਰ ਵੀ ਦੀਦੀ ਦੱਸ ਦਿਓ ਕਿਸੇ ਨੇ ਆਉਣਾ। 7814735310। ਤੇ ਆਡੀਅנס ਨੂੰ ਕੀ ਕਹਿਣਾ ਚਾਹੋਗੇ ਪੰਜਾਬ ਵਾਸੀਆਂ ਨੂੰ? ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ जी एक बारी टेस्ट। आज की वीडियो बहुत ही ज्यादा इंटरेस्टिंग होने वाली है, और आज की वीडियो में हम बताएंगे कैसे घर में मक्खन से देसी घी बनाया जाता है। सबसे पहले हमने 10 दिन की मलाई इकट्ठी की रखी हुई है, और मलाई को हमने फ्रिज में लगाया हुआ था। उसके बाद हमने 10 दिन की मलाई को फेंट रहे हैं। कम से कम इसका पहले मक्खन बनाएंगे। मक्खन बनाने के बाद इसका घी कैसे बनाया जाएगा? हमें कम से कम 10 मिनट हो गए हैं मलाई को फेंटते हुए, तो हमने पूरी तरह से मलाई फेंट रहे हैं और इससे मक्खन तैयार हो रहा है। इसका मक्खन हो चुका है तैयार, और आगे का प्रोसीजर हम कैसे बनाते हैं देसी घी ये भी आपको बताएंगे। आपने ये वीडियो देखेंगे और आप घर में ऐसे ट्राई करेंगे तो आप घर में शुद्ध देसी घी बना सकते हैं। सबसे पहले कर ली हमने गैस को ऑन, और ये हमने पतीला रख दिया है गैस के ऊपर। जैसे कि दोस्तों मक्खन पूरा मेल्ट हो चुका है, इसे कम से कम अभी भी 30 मिनट लगेंगे। तो कैसे तैयार होता है हम आपको बताएंगे, और आप घर में अपना शुद्ध देसी घी तैयार करना चाहे तो ऐसे कर सकते हैं, ये घर की होम रेसिपी है। जैसे कि दोस्तों मक्खन की पहले क्रीम बन चुकी है, ये क्रीम को पूरा मेल्ट हो जाएगी तो उसके बाद क्या होगा, जो दूध है ना जितना भी वो सारा जल जाएगा, तो उससे जो बाकी जो घी है वो तैयार हो जाएगा। उबाला आ गया, ये देख रहे हैं आप, तो उबाला आ गया पूरा। जैसे दूध को उबाला आता है ऐसे लगता है दूध है, मगर नहीं, ये पूरी अभी क्रीम बनकर तैयार हो चुकी है। और इसके बाद जो असली जो प्रोसेस अब शुरू होगा जिससे कि ये घी में घी बन जाएगा। जैसा कि दोस्तों जो हमारी जो क्रीम थी वो फट चुकी है, ये देखिए क्रीम जो उबाला आ रहे हैं, उबाले तो आ रहे हैं, घी अब बनना शुरू हो गया है। ये देखिए क्रीम ने अपनी थिकनेस दी है और घी बनना तैयार हो गया है, और घी बनना
शुरू हो गया है, वो देखिए पूरे उबाले आ रहे हैं। कम से कम 20 मिनट लगेंगे इसको तैयार होने में। मैंने सोचा जल्दी बन जाएगा, मगर नहीं भाई, हर काम में मेहनत लगती है। मेहनत लगती है तो फिर मेहनत का जो फल है, मीठा फल जो होता है मीठा होता है। कोई भी काम है लगन से करेंगे, अच्छे तरीके से करेंगे तो बहुत ही उसका फल मीठा होता है। घी बनना स्टार्ट हो चुका है और ये देखिए ये पूरा ही घी बनना तैयार हो चुका है। वो वाइट वाइट जो दिख रहा है ये घी तैयार हो रहा है। बस 5 मिनट लगेंगे बनने में। एक देखिए घर में सरल सा बनाने का तरीका, वो आप अपने बच्चों को हेल्दी रखना चाहते हैं ना, तो घर में जितनी मलाई होती है ना रोज़ के रोज़ इकट्ठी किया करो और 10-12 दिन बाद ऐसे इकट्ठे करके बनाया करो और आपके बच्चे हेल्दी। और जितना मर्जी ये देसी घी खिलाइए, ये बिना मिलावट वाला देसी घी है। फाइनली हमारा जो घी बनकर तैयार हो चुका है। मम्मा दिखाना जरा, अरे अरे अरे, ये देखिए और ये देखिए बिल्कुल शुद्ध देसी घी है। अब हम इसको बंद कर देंगे और सुबह तक हम इसको ठंडा होने का इंतज़ार करेंगे और सुबह फिर तैयार जब ठंडा हो जाएगा तो हम छन्नी से इसको छान लेंगे और हमारा जो देसी घी बनकर तैयार हो चुका है। अगर आपको ये वीडियो अच्छी लगी हो तो वीडियो को लाइक और चैनल को सब्सक्राइब कर लीजिएगा। मैंने तो अपनी पूरी मेहनत लगा दी है और अगली अच्छी वीडियो आपको और दिखाने के लिए मिलूँगा अगली वीडियो में। थैंक यू सो मच, टेक केयर, बाय बाय।